ਅੰਮ੍ਰਿਤਸਰ ਦੇ ਸਥਾਨੀ ਅਜੰਤਾ ਪਬਲਿਕ ਸਕੂਲ ਵਿੱਚ ਹਿਮਾਲਿਆ ਪਿਓਰੀਫਾਈਂਗ ਨਿਮਫੇਸ ਵਾਸ਼ ਨੇ ਮਾਈ ਫਸਟ ਪਿੰਪਲ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਕੀਤਾ। ਇਸ ਮੁਹਿੰਮ ਵਿੱਚ 13 ਤੋਂ 17 ਸਾਲ ਦੀ ਉਮਰ ਦੇ ਟੀਨੇਜਰ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਮਾਸਟਰ ਸੈਫ ਇੰਡੀਆ ਸੀਜ਼ਨ 4 ਦੇ ਫਾਈਨਲਿਸਟ ਦ੍ਰਿਸ਼ਟੀ ਨੰਦਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਪਲ ਵਧਦੀ ਉਮਰ ਦਾ ਦੌਰ ਹੁੰਦੇ ਹਨ, ਲੇਕਿਨ ਇਸ ਤੋਂ ਕਿਸੇ ਵੀ ਲੜਕੀ ਨੂੰ ਆਤਮ ਵਿਸ਼ਵਾਸ ਅਤੇ ਅੱਗੇ ਵਧਣ ਦੀ ਕ੍ਰਮ ਨਹੀਂ ਟੁੱਟਣੀ ਚਾਹੀਦੀ। ਫਸਟ ਪਿੰਪਲ ਕੈਂਪੇਨ ਕਰਾ ਗਿਆ ਹੈ, ਦੂਸਰੀ ਵਾਰ ਹੈ ਅੰਮ੍ਰਿਤਸਰ ਮੇਂ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਰਲਸ ਕੋ, ਬੱਚੋਂ ਕੋ ਮੋਟੀਵੇਟ ਕਰਨੇ ਕਾ ਕਿ ਫਿਜ਼ੀਕਲ ਅਪੀਅਰੈਂਸ ਲਾਈਫ ਮੇਂ ਮੈਟਰ ਨਹੀਂ ਕਰਤਾ ਹੈ, ਆਪਕੀ ਕੁਆਲਿਟੀਜ਼ ਔਰ ਅਬਿਲਿਟੀਜ਼ ਬੋਲਣੀ ਚਾਹੀਏ। ਤੋ ਮੈਂ ਯਹਾਂ ਮੋਟੀਵੇਟ ਕਰਨੇ ਆਈ ਥੀ ਔਰ ਬਹੁਤ ਅੱਛਾ ਲਗਾ ਬੱਚੋਂ ਸੇ ਉਨਕੇ ਐਕਸਪੀਰੀਅੰਸਿਸ ਸੁਣ ਕੇ, ਉਨਕੀ ਬਾਤੇਂ ਸੁਣ ਕੇ, ਔਰ ਮੈਨੇ ਕੋਸ਼ਿਸ਼ ਕੀ ਕਿ ਉਹਨੇ ਮੋਟੀਵੇਟ ਕਰ ਸਕੇ। ਹਿਮਾਲਿਆ ਪੂਰਾ ਹਰਬਲ ਹੈ, ਜਹਾਂ ਤੱਕ ਮੁਝੇ ਪਤਾ ਹੈ, ਮੈਂ 15 ਸਾਲ ਸੇ ਯੂਜ਼ ਕਰ ਰਹੀ ਹੂੰ, ਆਜ ਤੱਕ ਕਭੀ ਨਹੀਂ ਲਗਾ ਕਿ ਅਨਸੇਫ ਹੈ ਸਕਿਨ ਕੇ ਲੀਏ, ਔਰ ਯੇ ਪ੍ਰੋਡਕਟਸ ਮੈਂ ਰੈਫਰ ਕਰਤੀ ਹੂੰ ਬਹੁਤ ਬੱਚੋਂ ਕੋ, ਜਿਨ ਲੋਗੋ ਕੋ ਲਗਤਾ ਹੈ ਕਿ ਉਨਕੇ ਫੇਸ ਪੇ ਅਗਰ ਕੋਈ ਸਕਾਰ ਹੈ, ਕੋਈ ਪਿੰਪਲ ਹੈ ਜੋ ਉਹਨੇ ਬੋਦਰ ਕਰ ਰਹਾ ਹੈ, ਤੋ ਯੇ ਪ੍ਰੋਡਕਟ ਜ਼ਰੂਰ ਯੂਜ਼ ਕਰਨੇ ਚਾਹੀਏ। ਅੱਛਾ, ਐਡ ਟੂ ਦੈਟ, ਐਨੀ ਪ੍ਰੋਡਕਟ ਦੈਟ ਕਮਸ ਆਊਟ ਆਫ ਹਿਮਾਲਿਆ ਕਮਸ ਆਊਟ ਆਫ ਇੰਟੈਂਸਿਵ ਰਿਸਰਚ ਐਂਡ R&D, ਵੀ ਅੰਡਰਸਟੈਂਡ ਆਰ ਕੰਜ਼ਿਊਮਰਸ, ਓਨਲੀ ਇਫ ਇਟਸ ਸੇਫ, ਐਂਡ ਈਚ ਐਂਡ ਐਵਰੀ ਪ੍ਰੋਡਕਟ ਵਿਚ ਕਮਸ ਆਊਟ ਆਫ ਹਿਮਾਲਿਆ ਵੀ ਕੈਨ ਇਨਸ਼ੋਰ ਦੈਟ ਇਟਸ ਆਫ ਕੰਪਲੀਟ ਕੁਆਲਿਟੀ, ਸੋ ਦੈਟਸ ਹਾਊ ਇਟ ਇਜ਼ ਸੇਫ ਫੋਰ ਕਿਡਸ, ਇਟ ਇਜ਼ ਇਟਸ ਸੇਫ ਫੋਰ ਬੇਬੀਜ਼, ਟਿਲ ਇਟ ਗੈਟ ਇਟਸ ਸੇਫ ਫੋਰ, ਯੂ ਨੋ, ਐਲਡਰ ਪੀਪਲ ਐਸ ਵੈਲ।